ਰਾਜਪੁਰਾ ਦੇ ਫੋਕਲ ਪੁਆਇੰਟ ਦੇ ਘਰ ਵਿੱਚੋਂ ਚੋਰਾਂ ਵੱਲੋਂ 8 ਲੱਖ ਰੁਪਏ ਦੀ ਨਕਦੀ ਅਤੇ 54 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਹਨ। ਰਾਜਪੁਰਾ ਬੱਸ ਸਟੈਂਡ ਪੁਲਿਸ ਚੌਂਕੀ ਦੇ ਬਿਲਕੁਲ ਨਾਲ ਬੀਆਈਪੀ ਕਲੋਨੀ ਫੋਕਲ ਪੁਆਇੰਟ ਵਿੱਚ ਇੱਕ ਆਲੀਸ਼ਾਨ ਕੋਠੀ ਵਿੱਚੋਂ ਚੋਰਾਂ ਵੱਲੋਂ ਕੰਧ ਟੱਪ ਕੇ ਘਰ ਦੇ ਦਰਵਾਜ਼ੇ ਦੇ ਤਾਲੇ ਤੋੜ ਕੇ ਅਲਮਾਰੀ ਵਿੱਚੋਂ ਸਾਰਾ ਸਮਾਨ ਫਰੋਲ ਦਿੱਤਾ। ਘਰ ਦੇ ਮਾਲਕ ਅਮੀਰ ਮੇਘਰਾਜ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਕਿ ਅਸੀਂ ਘਰ ਤੋਂ ਬਾਹਰ ਗਏ ਹੋਏ ਸੀ, ਪਰ ਜਦੋਂ ਹੀ ਅਸੀਂ ਘਰ ਵਾਪਸ ਪਰਤੇ ਤਾਂ ਅਸੀਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ, ਅਲਮਾਰੀਆਂ ਵਿੱਚੋਂ ਸਾਰਾ ਸਮਾਨ ਖਿਲਰਿਆ ਪਿਆ ਹੈ। ਜਦੋਂ ਅਸੀਂ ਸਾਰੇ ਸਮਾਨ ਦੀ ਸੰਭਾਲ ਕੀਤੀ ਤਾਂ ਪਤਾ ਲੱਗਾ ਕਿ 8 ਲੱਖ ਰੁਪਏ ਦੀ ਨਕਦੀ ਸਮੇਤ ਘਰ ਵਿੱਚ ਪਿਆ 54 ਤੋਲੇ ਸੋਨਾ ਵੀ ਗਾਇਬ ਹੈ। ਕੱਲ੍ਹ ਸਾਡੇ ਕੋਲ ਮੇਹਰ ਚੰਦ ਦਾ ਵਾਸੀ ਬੋਲ ਮੰਡਰੇ ਬਿਆਨ ਦੇ ਰਿਪਲਾਇਆ, ਉਹ ਸਾਰਾ ਪਰਿਵਾਰ ਕਿਤੇ ਮਰ ਕਦੇ ਸੰਸਕਾਰ 'ਤੇ ਗਿਆ ਸੀਗਾ। ਵਕਤ ਕਰੀਬ 11 ਵਜੇ ਗਏ ਨੇ, ਉਹ 3 ਵਜੇ ਵਾਪਸ ਆਏ ਨੇ, ਮੁੜ ਕੇ ਦੇਖਿਆ ਉਹਨਾਂ ਨੇ, ਉਹਦੇ ਘਰ ਦੇ ਵਿੱਚੋਂ ਕਰੀਬ 7 ਲੱਖ ਰੁਪਏ ਕੈਸ਼ ਅਤੇ ਕੁਝ ਗੋਲਡ ਚੋਰੀ ਹੋਇਆ। ਉਹ ਕਿਸੇ ਅਣਖਿਆ ਦੇ ਵਿਅਕਤੀ ਨੇ ਇੱਕ ਦਰਵਾਜ਼ੇ ਦੀਆਂ ਲੌਕ ਤੋੜ ਕੇ ਚੋਰੀ ਕੀਤਾ। ਇਹਦੇ ਸਾਡੇ ਮੁਕੱਦਮਾ 185 ਅੰਡਰ ਸੈਕਸ਼ਨ 454 384 IP ਦਰਜ ਰਜਿਸਟਰ ਕਰਕੇ ਇਹਦੀ ਲੁਹਾਈ ਦੀ ਪੇਸ਼ ਕੀਤੀ ਜਾ ਰਹੀ ਹੈ। ਹਾਂਜੀ ਦਿਨੇ ਹੋਈ। ਅਤੇ ਸਰ ਕੋਈ ਲਿਖਾਇਆ ਜੀ ਵੀ ਸੋਨੇ ਵਿੱਚ ਕੀ ਕੁਛ ਸੀਗਾ, ਵੀ ਜਿਵੇਂ ਗਹਿਣੇ ਕਿਹੜੇ ਲਿਖਾਏ ਹੈ? ਉਹ ਕਹਿੰਦੇ ਬਾਅਦ 'ਚ ਲਿਸਟ ਦੇਵਾਂਗੇ, ਗੋਲਡ ਦੇ ਲਿਖਾਏ ਵੀ ਸਾਡਾ ਗੋਲਡ, ਮਤਲਬ ਟੋਟਲ ਜਿਹੜਾ ਹੈਗਾ 54 ਤੋੜੇ ਹੈ ਅਤੇ 8 ਲੱਖ ਰੁਪਈਆ ਕੈਸ਼। ਹਾਂਜੀ ਹਾਂਜੀ। ਅਤੇ ਮੈਂ ਪੁਲਿਸ ਨੂੰ ਸਰ ਕੋਈ ਲੱਗਿਆ ਸਰਾਖ ਜੀ? ਨਹੀਂ ਅਜੇ ਤਾਂ ਕੋਈ ਨਹੀਂ, ਬਰੀਕੀ ਨਾਲ ਤਫਤੀਸ਼ ਹੋ ਰਹੀ ਹੈ, ਦੇਖੋ।